ਅੱਜ ਮੈਂ ਦਿੱਲੀ ਵਿੱਚ ਟਰੈਵਲ ਕਰ ਰਿਹਾ ਸੀ। ਮੈਂ ਦਿੱਲੀ ਵਿੱਚ ਉਬਰ ਵਾਲਿਆਂ ਦੀ ਗੱਡੀ ਲੈ ਲਈ ਜਿਸ ਵਿੱਚ ਕਈ ਯਾਤਰੀ ਇੱਕ ਦੂਜੇ ਨਾਲ ਗੱਡੀ ਸ਼ੇਅਰ ਕਰਦੇ ਹਨ। ਉਬਰ ਵਾਲੀ ਗੱਡੀ ਮੇਰੇ ਅੱਗੇ ਆ ਕੇ ਰੁਕੀ ਅਤੇ ਉਹਨਾਂ ਨੇ ਮੈਨੂੰ ਗੱਡੀ ਵਿੱਚ ਬਿਠਾ ਲਿਆ। ਮੈਂ ਵੇਖਿਆ ਗੱਡੀ ਵਿੱਚ ਪਿਛਲੇ ਪਾਸੇ ਇੱਕ ਔਰਤ ਅਤੇ ਇੱਕ ਬੱਚੀ ਬੈਠੇ ਸਨ। ਔਰਤ ਖਿੜਕੀ ਵਾਲੇ ਪਾਸੇ ਬੈਠੀ ਸੀ, ਉਸ ਦੇ ਨਾਲ ਬੱਚੀ ਅਤੇ ਉਸ ਦੇ ਨਾਲ ਮੈਂ ਜਾ ਕੇ ਬੈਠ ਗਿਆ। ਥੋੜ੍ਹੀ ਅੱਗੇ ਜਾ ਕੇ ਗੱਡੀ ਫਿਰ ਰੁਕੀ ਅਤੇ ਡਰਾਈਵਰ ਦੇ ਨਾਲ ਦੀ ਅਗਲੀ ਸੀਟ 'ਤੇ ਇੱਕ ਮੁਸਲਿਮ ਵੀਰ ਆ ਕੇ ਬੈਠ ਗਿਆ। ਉਸ ਵੀਰ ਨੇ ਆਪਣੇ ਸਿਰ 'ਤੇ ਇੱਕ ਸਫੇਦ ਰੰਗ ਦੀ ਟੋਪੀ ਪਹਿਨ ਰੱਖੀ ਸੀ, ਜੋ ਉਹਨਾਂ ਦੇ ਧਰਮ ਦੀ ਟ੍ਰੈਡੀਸ਼ਨਲ ਟੋਪੀ ਹੁੰਦੀ ਹੈ। ਉਹ ਟੋਪੀ ਦੇਖਦੇ ਸਾਰ ਉਸ ਬੱਚੀ ਨੇ ਆਪਣੀ ਮਾਤਾ ਨੂੰ ਪੁੱਛਿਆ ਕਿ ਇਸ ਅੰਕਲ ਨੇ ਇਹ ਟੋਪੀ ਕਿਉਂ ਪਹਿਨ ਰੱਖੀ ਹੈ? ਇਹ ਤਾਂ ਸ਼ਾਮ ਦਾ ਸਮਾਂ ਹੈ, ਬਾਹਰ ਧੁੱਪ ਵੀ ਨਹੀਂ, ਫਿਰ ਇਹਨਾਂ ਨੇ ਇਹ ਟੋਪੀ ਕਿਉਂ ਪਹਿਨ ਰੱਖੀ ਹੈ? ਹੁਣ ਤੱਕ ਗੱਡੀ ਵਿੱਚ ਰੇਡੀਓ ਵੱਜ ਰਿਹਾ ਸੀ। ਡਰਾਈਵਰ ਅਤੇ ਉਹ ਮੁਸਲਿਮ ਵੀਰ ਇੱਕ ਦੂਜੇ ਨਾਲ ਗੱਲਾਂ ਵਿੱਚ ਰੁੱਝੇ ਹੋਏ ਸੀ ਅਤੇ ਮੈਂ ਆਪਣੀ ਕਿਤਾਬ ਵਿੱਚ ਰੁੱਝਿਆ ਹੋਇਆ ਸੀ। ਪਰ ਉਸ ਬੱਚੀ ਦੇ ਸਵਾਲ ਨੇ ਮੇਰਾ ਧਿਆਨ ਕਿਤਾਬ ਵਿੱਚੋਂ ਕੱਢ ਲਿਆਂਦਾ। ਮੁਸਲਿਮ ਵੀਰ ਅਤੇ ਡਰਾਈਵਰ ਦੀ ਗੱਲਬਾਤ ਰੁਕ ਗਈ। ਡਰਾਈਵਰ ਵੀਰ ਨੇ ਆਪਣੇ ਰੇਡੀਓ ਦੀ ਆਵਾਜ਼ ਵੀ ਘਟਾ ਦਿੱਤੀ। ਮੈਂ ਉਸ ਬੱਚੀ ਦੇ ਸਵਾਲ ਦਾ ਜਵਾਬ ਦੇਣ ਹੀ ਲੱਗਿਆ ਸੀ, ਪਰ ਮੇਰੇ ਬੋਲਣ ਤੋਂ ਪਹਿਲਾਂ ਹੀ ਉਸਦੀ ਮਾਤਾ ਬੋਲ ਪਈ, ਜਿਵੇਂ ਉਸ ਕੋਲ ਜਵਾਬ ਪਹਿਲਾਂ ਹੀ ਤਿਆਰ ਪਿਆ ਹੋਵੇ। ਬੇਟਾ, ਤੁਸੀਂ ਦੇਖਿਆ ਹੈ ਨਾ ਕਿ ਜਦ ਮੈਂ ਮੰਦਰ ਜਾਂਦੀ ਹਾਂ ਤਾਂ ਮੈਂ ਸਿਰ ਢੱਕ ਕੇ ਜਾਂਦੀ ਹਾਂ। ਜਦ ਕੋਈ ਮਹਿਮਾਨ ਸਾਡੇ ਘਰ ਆਉਂਦਾ ਹੈ ਤਾਂ ਮੈਂ ਸਿਰ ਢੱਕ ਕੇ ਰੱਖਦੀ ਹਾਂ। ਜਦ ਮੈਂ ਤੁਹਾਡੇ ਦਾਦਾ ਜੀ ਦੇ ਪੈਰੀ ਹੱਥ ਲਗਾਉਂਦੀ ਹਾਂ ਤਾਂ ਮੈਂ ਸਿਰ ਢੱਕ ਕੇ ਰੱਖਦੀ ਹਾਂ। ਇਸ ਤਰ੍ਹਾਂ ਸਿਰ ਢੱਕ ਕੇ ਰੱਖਣਾ ਦੂਜਿਆਂ ਨੂੰ ਸਤਿਕਾਰ ਦੇਣ ਦਾ ਇੱਕ ਤਰੀਕਾ ਹੈ। ਪਰ ਉਹ ਛੋਟੀ ਬੱਚੀ ਇਸ ਜਵਾਬ ਦੇ ਨਾਲ ਪੂਰਨ ਤੌਰ 'ਤੇ ਸਹਿਮਤ ਨਾ ਹੋਈ ਅਤੇ ਉਸਨੇ ਉਸੇ ਵਕਤ ਦੂਜਾ ਸਵਾਲ ਕਰ ਦਿੱਤਾ, ਪਰ ਇਹ ਅੰਕਲ ਇਸ ਵਕਤ ਕਿਹਨਾਂ ਨੂੰ ਸਤਿਕਾਰ ਦੇ ਰਹੇ ਨੇ? ਨਾ ਤਾਂ ਅਸੀਂ ਮੰਦਰ ਵਿੱਚ ਹਾਂ, ਨਾ ਇਹ ਕਿਸੇ ਦੇ ਪੈਰੀ ਹੱਥ ਲਗਾ ਰਹੇ ਹਨ, ਨਾ ਇੱਥੇ ਕੋਈ ਬਜ਼ੁਰਗ ਵਿਅਕਤੀ ਹੈ, ਫਿਰ ਇਹ ਕਿਹਨਾਂ ਨੂੰ ਸਤਿਕਾਰ ਦੇ ਰਹੇ ਹਨ? ਖਾਸ ਗੱਲ ਇਹ ਸੀ ਕਿ ਉਸ ਬੱਚੀ ਦੀ ਮਾਂ ਇਸ ਸਵਾਲ ਦੇ ਜਵਾਬ ਨਾਲ ਵੀ ਤਿਆਰ ਸੀ। ਉਸ ਬੱਚੀ ਦੀ ਮਾਂ ਨੇ ਜਵਾਬ ਦਿੱਤਾ, ਇਹਨਾਂ ਦੇ ਮਾਤਾ ਪਿਤਾ ਨੇ ਇਹਨਾਂ ਨੂੰ ਸਿਖਾਇਆ ਹੈ ਕਿ ਜਿਨ੍ਹਾਂ ਨੂੰ ਵੀ ਮਿਲਣ ਉਹਨਾਂ ਨੂੰ ਸਤਿਕਾਰ ਦੇਣ, ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਂ ਤੈਨੂੰ ਸਿਖਾਇਆ ਹੈ ਕਿ ਜਦੋਂ ਘਰ ਕੋਈ ਮਹਿਮਾਨ ਆਵੇ ਤਾਂ ਉਹਨਾਂ ਨੂੰ ਨਮਸਤੇ ਕਹਿਣਾ ਹੈ। ਗੱਡੀ ਵਿੱਚ ਬੈਠਾ ਕੋਈ ਵੀ ਵਿਅਕਤੀ ਇੰਨੇ ਸੋਹਣੇ ਜਵਾਬ ਦੀ ਉਮੀਦ ਨਹੀਂ ਕਰ ਰਿਹਾ ਸੀ, ਨਾ ਹੀ ਉਹ ਮੁਸਲਿਮ ਵੀਰ। ਮੇਰੀ ਮੰਜ਼ਿਲ ਸਭ ਤੋਂ ਪਹਿਲਾਂ ਆ ਗਈ। ਮੈਂ ਗੱਡੀ ਵਿੱਚੋਂ ਉਤਰਿਆ, ਮੇਰੇ ਚਿਹਰੇ 'ਤੇ ਇੱਕ ਮੁਸਕਾਨ ਸੀ ਅਤੇ ਮੈਂ ਦਿਮਾਗ ਵਿੱਚ ਸੋਚ ਰਿਹਾ ਸੀ ਕਿ ਅਗਰ ਹਰ ਇੱਕ ਵਿਅਕਤੀ ਆਪਣੇ ਆਲੇ ਦੁਆਲੇ ਦੇ ਲੋਕਾਂ ਪ੍ਰਤੀ ਇਸ ਤਰ੍ਹਾਂ ਦੀ ਸੋਚ ਰੱਖੇ, ਅਗਰ ਹਰ ਇੱਕ ਵਿਅਕਤੀ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਦੀ ਸਿੱਖਿਆ ਦੇਵੇ, ਅਗਰ ਨਵੀਂ ਪੀੜ੍ਹੀ ਇਹ ਚਾਹਵੇ ਕਿ ਉਹਨਾਂ ਦੇ ਬੱਚੇ ਆਪਸੀ ਪਿਆਰ ਦੀ ਗੱਲ ਕਰਨ, ਇੱਕ ਦੂਜੇ ਦਾ ਸਤਿਕਾਰ ਕਰਨਾ ਸਿੱਖਣ, ਤਾਂ ਫਿਰ ਆਪਣੇ ਰਾਜਨੀਤਿਕ ਲੋਕ ਸਾਨੂੰ ਪਾੜਨ ਵਿੱਚ ਫੇਲ ਹੋ ਜਾਣਗੇ। ਅਗਰ ਸਾਡੀ ਸੋਚ ਇਸ ਔਰਤ ਦੀ ਤਰ੍ਹਾਂ ਸੋਹਣੀ ਹੋਵੇਗੀ, ਅਗਰ ਸਾਡੀ ਸੋਚ ਵਿੱਚ ਇੱਕ ਦੂਜੇ ਦੇ ਧਰਮਾਂ ਪ੍ਰਤੀ ਸਤਿਕਾਰ ਹੋਵੇਗਾ, ਤਾਂ ਫਿਰ ਇਹ ਕੁਝ ਕੁ ਰੂੜੀਵਾਦੀ ਸੋਚ ਵਾਲੇ ਮੂਰਖ ਲੋਕ ਸਾਡੇ ਧਰਮ ਨਿਰਪੱਖਤਾ, ਆਪਸੀ ਪ੍ਰੇਮ ਭਾਵ ਵਾਲੇ ਜਾਲ ਨੂੰ ਉਧੇੜਨ ਵਿੱਚ ਫੇਲ ਹੋ ਜਾਣਗੇ। ਦੋਸਤੋ, ਤੁਸੀਂ ਸੁਣ ਰਹੇ ਸੀ ਜਗਮੀਤ ਸਿੰਘ ਹਠੂਰ ਨੂੰ ਯੂਟਿਊਬ ਚੈਨਲ ਕਲਮ ਪੰਜਾਬ ਦੀ ਤੋਂ। ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ। ਅਗਰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅਤੇ ਅੱਗੇ ਸ਼ੇਅਰ ਕਰਨਾ ਤਾਂ ਤੁਹਾਡਾ ਫਰਜ਼ ਬਣਦਾ ਹੈ। ਬਾਕੀ ਦੋਸਤੋ, ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਤੁਸੀਂ ਯੂਟਿਊਬ ਉੱਪਰ ਮੇਰਾ ਚੈਨਲ ਕਲਮ ਪੰਜਾਬ ਦੀ ਜ਼ਰੂਰ ਸਬਸਕ੍ਰਾਈਬ ਕਰਨਾ। ਮੈਂ ਬਹੁਤ ਜਲਦ ਫਿਰ ਮਿਲਾਂਗਾ ਕਿਸੇ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਅਲਵਿਦਾ, ਸਤਿ ਸ਼੍ਰੀ ਅਕਾਲ।